ਤਾਂ ਸਿੱਧਾ ਰੁਖ ਕਰ ਲੈਂਦੇ ਹਾਂ ਹਰਿਆਣਾ ਦੇ ਸਿਰਸਾ ਦਾ, ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਬਦਲਾਵ ਜਨਸਭਾ ਨੂੰ ਸੰਬੋਧਨ ਕੀਤਾ ਜਾ ਰਿਹਾ। ਜਿੰਨੀ ਵੀ ਸਿਕਿਉਰਿਟੀ ਇੰਚਾਰਜ ਯਾਰ ਕੀ ਕਰਦੇ ਹੋ, ਹਰ ਵਾਰ ਮੈਨੂੰ ਕਹਿਣਾ ਪੈਂਦਾ ਲਾਲੀ, ਹਰ ਫੰਕਸ਼ਨ ਤੇ ਮੈਨੂੰ ਇਹ ਕਹਿਣਾ ਪੈਂਦਾ ਕਿ ਇੱਥੇ ਲੈ ਆਓ। ਆਰਾਮ ਨਾਲ ਆ ਜਾਓ ਬਾਮ ਸਾਹਿਬ, ਇਹ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪਿੱਛੇ ਲੋਕਾਂ ਨੂੰ ਦੇਖਣ 'ਚ ਦਿੱਕਤ ਆਉਂਦੀ ਹੈ ਨਾ, ਉਹਨਾਂ ਨੇ ਵੀ ਆਪਣਾ ਕੰਮ ਕਰਨਾ, ਖੜ੍ਹੇ ਹੋ ਕੇ ਵੀਡੀਓ ਬਣਾਉਣੀ ਹੈ ਤਾਂ ਪਿੱਛੇ ਫਿਰ ਸਾਰਾ ਢੱਕ ਜਾਣਾ। ਚਲੋ ਬੈਠ ਜੀ, ਬੈਠ ਆ ਜਾ, ਆ ਗਏ ਆ ਗਏ ਆ ਗਏ ਸਾਰੇ ਆ ਗਏ, ਖੁੱਲ੍ਹ ਗਿਆ ਖੁੱਲ੍ਹ ਗਿਆ ਰਸਤਾ ਖੁੱਲ੍ਹ ਗਿਆ। ਸਭ ਤੋਂ ਪਹਿਲਾਂ ਰਾਣੀਆਂ ਕਸਬੇ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ, ਛੋਟੇ ਬੱਚੇ, ਖਰਾਬ ਮੌਸਮ ਦੇ ਬਾਵਜੂਦ ਵੀ ਇੱਥੇ ਚੱਲ ਕੇ ਆਏ ਹੋ, ਤੁਹਾਡਾ ਬਹੁਤ ਬਹੁਤ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਹਰਿਆਣੇ ਦੇ ਵਿੱਚ ਮੇਰੀਆਂ ਦੋ ਰੈਲੀਆਂ ਸੀ, ਮੈਂ ਗੁਹਾਨਾ ਤੋਂ ਆਇਆ, ਹੁਣ ਤੁਹਾਡੇ ਕੋਲ ਰਾਣੀਆਂ ਆਇਆ। ਆਉਣ ਵਾਲੇ ਦਿਨਾਂ ਜਿੱਥੇ ਕਹੋਗੇ ਮੈਂ ਆਊਂਗਾ, ਔਰ ਮੈਨੂੰ ਪਤਾ ਰਾਣੀਆਂ ਕਸਬਾ, ਮੈਂ ਪਹਿਲਾਂ ਬਤੌਰ ਕਲਾਕਾਰ ਦੇ ਤੌਰ 'ਤੇ ਵੀ ਬਹੁਤ ਵਾਰੀ ਆਉਂਦਾ ਰਿਹਾ, ਫਤਿਹਾਬਾਦ ਕਿੱਲਿਆਂ ਵਾਲੀ ਰਾਣੀਆਂ ਪੰਜਾਬੀ ਇਲਾਕਾ, ਆਪਣੇ ਦੁੱਖ ਸੁੱਖ ਸਾਂਝੇ ਨੇ, ਆਪਣੀਆਂ ਫਸਲਾਂ ਸਾਂਝੀਆਂ ਨੇ, ਆਪਣੇ ਪਾਣੀ ਦੀ ਪੱਤਣ ਸਾਂਝੀ ਹੈ, ਪਰ ਇੱਕ ਚੀਜ਼ ਹੈ ਸਰਕਾਰ ਨਹੀਂ ਸਾਂਝੀ ਹੈਗੀ। ਦਿੱਲੀ ਅਤੇ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਤੁਸੀਂ ਕੋਈ ਹੋਰ ਬਣਾਈ ਫਿਰਦੇ ਹੋ। ਇਸ ਅਕਤੂਬਰ ਦੇ ਵਿੱਚ ਜਦੋਂ ਫਸਲਾਂ ਸਾਂਝੀਆਂ ਨੇ, ਪਾਣੀ ਦਾ ਪੱਤਣ ਸਾਂਝਾ, ਦੁੱਖ ਸੁੱਖ ਸਾਂਝੇ ਨੇ, ਸਰਕਾਰ ਵੀ ਸਾਂਝੀ ਕਰ ਲੈਂਦੇ ਹਾਂ ਫਿਰ ਇਸ ਵਾਰ ਅਕਤੂਬਰ 'ਚ। ਸੋ ਵੀਰੋ, ਪੱਤਰਕਾਰ ਬੰਧੂ ਖੜ੍ਹੇ ਹੈ, ਮੇਰੇ ਭਾਈ ਹੈ, ਮਿੱਤਰ ਹੈ, ਇਹਨਾਂ ਨੇ ਬਹੁਤ ਵਾਰ ਕਵਰੇਜ ਕੀਆ ਹੋਗਾ, ਹਰਿਆਣਾ ਨੇ ਹਰ ਪਾਰਟੀ ਕੋ ਮੌਕਾ ਦਿਆ, ਪੰਜਾਬ ਨੇ ਵੀ ਹਰ ਪਾਰਟੀ ਕੋ ਮੌਕਾ ਦਿਆ, ਹਰਿਆਣਾ ਨੇ ਬੀਜੇਪੀ ਕੋ ਮੌਕਾ ਦਿਆ, ਪੰਜਾਬ ਨੇ ਵੀ ਬੀਜੇਪੀ ਔਰ ਅਕਾਲੀ ਦਲ ਕੋ ਮੌਕਾ ਦਿਆ, ਹਰਿਆਣਾ ਨੇ ਕਾਂਗਰਸ ਕੋ ਮੌਕਾ ਦਿਆ, ਪੰਜਾਬ ਨੇ ਵੀ ਕਾਂਗਰਸ ਕੋ ਮੌਕਾ ਦਿਆ, ਹਰਿਆਣਾ ਨੇ ਇਨੈਲੋ ਕੋ ਮੌਕਾ ਦਿਆ, ਪੰਜਾਬ ਨੇ ਅਕਾਲੀ ਦਲ ਕੋ ਮੌਕਾ ਦਿਆ। ਲੇਕਿਨ ਨਾ ਹਰਿਆਣਾ ਕੋ ਕੁਛ ਮਿਲਾ, ਨਾ ਪੰਜਾਬ ਕੋ ਕੁਛ ਮਿਲਾ, ਤੋ ਫਿਰ ਉਹਨੇ ਕਿਆ ਕੀਆ, ਹਰਿਆਣਾ ਔਰ ਦਿੱਲੀ ਕੇ ਲੋਗੋ ਨੇ ਕਿਆ ਕੀਆ, ਤੀਸਰਾ ਰਸਤਾ ਚੁਣਾ। ਅੱਜ ਹਰਿਆਣੇ ਦੀ ਧਰਤੀ 'ਤੇ ਮੈਂ ਖੜ ਕੇ ਕਹਿਣਾ, ਇੱਧਰ ਪੰਜਾਬ ਹੈ, ਇੱਧਰ ਦਿੱਲੀ ਹੈ, ਫੋਨ ਕਰਕੇ ਪੁੱਛ ਲਿਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ 8.5 ਸਾਲ ਤੋਂ ਦਿੱਲੀ ਚੱਲ ਰਹੀ ਹੈ, 2.5 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ, 44,000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਅੱਜ,
44,000 ਫੋਨ ਕਰ ਲਿਓ, 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ। ਕੋਈ ਚਾਹ ਦਾ ਕੱਪ ਹੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਿਵਾਉਣ ਚੱਲਿਆ, ਆ ਢਾਬੇ ਤੇ ਖੜਦੇ ਆ, ਆ ਚਾਹ ਪੀਣੀ ਹੈ 5 ਕੱਪ, ਆ 5 ਕੱਪਾਂ ਦੇ ਪੈਸੇ ਤੂੰ ਦੇ ਦੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਹੈ ਜਾਂ ਤੇਰੇ ਬੇਟੇ ਨੂੰ ਨੌਕਰੀ ਮਿਲ। ਕੋਈ ਬੰਦਾ ਚਾਹ ਦਾ ਕੱਪ ਵੀ ਕਹਿ ਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ, ਮੈਂ ਜ਼ਿੰਮੇਦਾਰ ਹੋਊਂਗਾ। ਇਸ ਕਿਸਮ ਦੀ ਰਾਜਨੀਤੀ ਅਸੀਂ ਕਰਦੇ ਹਾਂ। ਅਰਵਿੰਦ ਕੇਜਰੀਵਾਲ ਰਾਮਲੀਲਾ ਗਰਾਊਂਡ ਚੋਂ ਹਰਿਆਣੇ ਦੇ ਜੰਮੇ ਹੋਏ ਇੱਕ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਹੈ, ਉੱਥੋਂ ਇੱਕ ਬੱਚਾ ਪੈਦਾ ਹੋਇਆ। ਉੱਥੇ ਆਮ ਘਰ 'ਚ ਪਿਤਾ ਜੀ ਦੁਕਾਨ ਕਰਦੇ ਸੀ, ਬੱਚਾ ਛੋਟਾ ਹੁੰਦਾ ਦੁਕਾਨ 'ਤੇ ਵੀ ਜਾਂਦਾ ਰਿਹਾ ਅਤੇ ਫਿਰ ਪੜ੍ਹਾਈ ਕੀਤੀ, IRS ਅਫਸਰ ਬਣ ਗਿਆ। ਪਰ ਅਫਸਰੀ ਨੂੰ ਲੱਤ ਮਾਰਤੀ ਕਿ ਅਫਸਰ ਬਣ ਕੇ ਮੈਂ ਤਾਂ ਪੈਸੇ ਕਮਾ ਸਕਦਾ, ਪਰ ਜਿਹੜੇ ਮੇਰੀ ਜਨਤਾ ਦੇ ਲੁੱਟੀ ਜਾਂਦੇ ਆ ਪਿਛਲੇ 70 ਸਾਲ ਤੋਂ, ਆ ਜਿਹੜੇ ਲੀਡਰ ਨੇ ਉਹਨਾਂ ਦੇ ਮੈਂ ਬਚਾ ਨਹੀਂ ਸਕਦਾ। ਅਫਸਰੀ ਨੂੰ ਲੱਤ ਮਾਰ ਕੇ ਰਾਜਨੀਤੀ 'ਚ ਆ ਗਏ। ਅੱਜ ਉਸ ਬੰਦੇ ਨੂੰ ਕੀ ਲੋੜ ਸੀ ਬਈ, ਉਸ ਬੰਦੇ ਨੂੰ ਕੀ ਲੋੜ ਸੀ ਰਾਜਨੀਤੀ 'ਚ ਆਉਣ ਦੀ? ਇਨਕਮ ਟੈਕਸ ਦਾ ਕਮਿਸ਼ਨਰ ਸੀ ਅਰਵਿੰਦ ਕੇਜਰੀਵਾਲ, ਉਹਦੀ ਘਰਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ, ਦੋਨੋਂ ਮੀਆਂ ਬੀਬੀ ਵੱਡੇ ਅਫਸਰ, ਚਾਹੁੰਦੇ ਤਾਂ ਬਹੁਤ ਪੈਸੇ ਕਮਾ ਲੈਂਦੇ। ਅਤੇ ਅੱਜ ਜੇਲ੍ਹ 'ਚ ਬੈਠਾ ਕੇਜਰੀਵਾਲ, ਕਾਰਨ ਕਿਉਂਕਿ ਸੱਤਾਧਾਰੀਆਂ ਨੂੰ ਲੱਗਣ ਲੱਗ ਗਿਆ ਕਿ ਜੇ ਇਹ ਬਾਹਰ ਰਹਿ ਗਿਆ ਇਹਨੇ ਸਾਡੇ ਭੇਤ ਖੋਲ੍ਹ ਦੇਣੇ ਹੈ, ਇਹਨੇ ਦੁਨੀਆ ਨੂੰ ਦੱਸ ਦੇਣਾ ਕਿ ਅਸੀਂ ਕਿਵੇਂ ਲੁੱਟਦੇ ਹਾਂ, ਅਤੇ ਉਹ ਬੰਦੇ ਨੂੰ ਅੰਦਰ ਕਰ ਰੱਖਿਆ। ਵੀਰੋ ਮੈਨੂੰ ਕੀ ਲੋੜ ਸੀ? ਮੇਰੇ ਪੰਜਾਬੀ ਭਰਾ ਬੈਠੇ ਬਹੁਤ ਜ਼ਿਆਦਾ, ਮੈਂ ਤਾਂ 17.5 ਸਾਲ ਦੀ ਉਮਰ 'ਚ ਸੁਪਰ ਸਟਾਰ ਬਣਾਤਾ ਸੀ ਪੰਜਾਬੀਆਂ ਨੇ, ਮੈਨੂੰ ਕੀ ਲੋੜ ਸੀ ਵੀ? ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ, ਲੱਖਾਂ ਰੁਪਈਏ ਲੈਂਦਾ ਸੀ ਮੈਂ ਇੱਕ ਸ਼ੋਅ ਦੇ, ਮੈਂ ਬਾਲੀਵੁੱਡ ਦੇ, ਮੈਂ ਲਫਟਰ ਚੈਲੇਂਜ ਦੇ, ਮੈਂ ਫਿਲਮਾਂ 'ਚ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ। ਅੱਜ ਇੰਨੇ ਹੁਣ ਪੰਜਾਬੀ ਫਿਲਮਾਂ 'ਚ ਮੁੰਡੇ ਆਉਂਦੇ ਆ, ਸਾਰੇ ਮੇਰੇ ਹੀ ਨੇ, ਜੁਗਨੂ ਵਾਲੀ ਟੀਮ ਹੀ ਆ ਸਾਰੀ, ਤੁਸੀਂ ਦੇਖਦੇ ਰਹੇ ਹੋ। ਕੀ ਲੋੜ ਸੀ ਬਈ, ਕੀ ਲੋੜ ਸੀ ਇਹਨਾਂ ਤੋਂ ਗਾਲਾਂ ਖਾਣ ਦੀ, ਕੀ ਲੋੜ ਸੀ ਇਹਨਾਂ ਤੋਂ ਆਲੋਚਨਾ ਚੱਲਣ ਦੀ? ਪਰ ਮਿੱਤਰੋ ਸਿਆਣੇ ਕਹਿੰਦੇ ਆ ਜੇ ਗਟਰ ਸਾਫ ਕਰਨਾ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ, ਤਾਂ ਖੜ ਕੇ ਰੌਲਾ ਪਾ ਕੇ ਕੁਛ ਨਹੀਂ ਬਣਦਾ। ਜੇ ਨਰਮੇ ਨੂੰ ਸੁੰਡੀ ਲੱਗੀ, ਜੇ ਕਪਾਹ ਨੂੰ ਸੁੰਡੀ ਲੱਗੀ, ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ, ਉਹ ਸਪਰੇ ਦੀ ਢੋਲੀ ਲੈ ਕੇ ਮੋਢੇ ਤੇ ਧਰ ਕੇ ਅੰਦਰ ਵੜ ਕੇ ਐਂ ਸਪਰੇ ਕਰਨੀ ਪੈਂਦੀ, ਤੇ ਨਾਲ ਹਰੇਕ 2 ਢੋਲੀਆਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ, ਕੀ ਪਤਾ ਕਦੋਂ ਚੜ ਜੇ। ਮੈਂ ਤਾਂ ਕੀਤਾ ਹੋਇਆ ਸਾਰਾ ਕੁਛ ਨਾ, ਕੀ ਲੋੜ ਸੀ ਸਾਨੂੰ ਮੇਰੇ ਵਰਗੇ? ਪਰ ਰਾਣੀਆਂ ਵਾਲਿਓ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ, ਮੈਨੂੰ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ 'ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ, ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦੇ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਅਸੀਂ ਗੁਰੂ ਨਾਨਕ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ, ਅਸੀਂ ਸ਼੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਸਰਵੰਤ ਸਦਾਨੀ ਦੇ ਕਦਮ ਚਿੰਨ੍ਹਾਂ ਵਾਲੇ ਆ, ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਕਿ ਗਰੀਬਾਂ ਦੇ ਹੱਕ 'ਚ ਖੜਨਾ ਵੀ ਹੈ ਤੇ ਗਰੀਬਾਂ ਦੇ ਹੱਕ 'ਚ ਲੜਨਾ ਵੀ ਹੈ। ਇਹ ਸਾਨੂੰ ਸਿੱਖਿਆ ਮਿਲੀ ਹੈ ਗੁਰੂਆਂ 'ਚੋਂ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਆ ਗੱਲ ਸੁਣਨ ਵਾਲੀ ਹੈ, ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ। ਵੀ ਬਹੁਤ ਮਸ਼ਹੂਰ ਕਲਾਕਾਰ ਸੀ, ਤੈਂ ਕੀ ਲੈਣਾ ਸੀ ਇਹਨਾਂ ਪੰਗਿਆਂ ਤੋਂ ਉੱਧਰੋਂ।